बिस्मिल्लाहिर्रहमानिर्रहीम। अस्सलाम वालेकुम दोस्तों, तुसी वेख रहे हो एतमाद टीवी ते मैं तुहाडा दोस्त मंजूर अहमद। दोस्तों तुहाडे वास्ते लैके आए अज माशाल्लाह एक बड़ी सोहनी नस्ली मज लैके हाजिर होए हैं। मैं दिखांदे कैमरामैन, मैं देखण तो पहले दोस्तों साडे चैनल नूं सबसक्राइब करो, वीडियो नूं शेयर करो, लाइक करो, कमेंट करो तो बैल आइकन का बटन जरूर प्रेस करो ताकि साडी हर रोज़ाना की नई आने वाली वीडियो तुहाडे तक बिल्कुल आसानी नाल पहुँच सके। दिखाओ ते नाल नाल भाई डिटेल भी ले लैने। कोई नहीं, अदा तोड़ते जाते अद बनाए जाते। बच्चा की है भाई नाल दिखा लिया जोरा लिया वो। अस्सलाम वालेकुम, क्या हाल है भाई अशफाक? मोहम्मद अशफाक भाई का नाम है, चक नंबर 441, सादा वाला तहसील समुद्री जिला फैसलाबाद, समुद्री इंटरचेंज के बिल्कुल करीब है अपना इन्हों का गाँव है। अशफाक भाई ये मज कि सुबह सोई है? ये तीसरा सुबह सोई है जी। तीसरा सुबह पक्का? तीसरा सुबह सोई है हाँ जी। पिछले मालिक कहते हैं कि तीसरा सुबह है। अच्छा, बाकी जानवर देख लिया, समझने वाले समझ लेंगे ने मे बी। तीसरा ही सुबह लगता है जानवर की हालत जी, दस रही है कि तीसरा सुबह। तीसरा सुबह मालक भी तीसरा ही कह रहे सन? उन्होंने भी तीसरा, मालिका ने भी तीसरा कहा तो तीसरा ही सुबह मतलब के है मज। ते कितने दिन सुई ने हो गए ना जी? इन्हों आए 10 से 12 दिन हो गए जी। 10 से 12 दिन सुई ने हो गए दोस्तों। तीसरा सुबह सुई है थले दे कट्टा है। बाकी मज तुसी खुद देख लीए माशाल्लाह, थन दे विरल, मज दा जिस्म पुठा, वैसे मुठ्ठी भर थन, वो सारा कुछ तुसी खुद देख लिया। वो हूँ तारीफ करन दी या दसन दी जरूरत कोई नहीं है।
ਇਹਦਾ ਹੁਣ ਜਿਹੜਾ ਪੱਕਾ ਜਾਂ ਦੁੱਧ ਹੈ ਸਵਾਗ ਬਾਈ ਇਹ ਦੁੱਧ ਜਿਹੜਾ ਚੁਆਈ ਕਰ ਰਹੇ ਹਾਂ ਇਸ ਟਾਈਮ ਅਸੀਂ ਚੁਆਈ ਕਰ ਰਹੇ ਹਾਂ ਨਾ ਉਹ ਹੈਗਾ ਜੀ 16 ਲੀਟਰ 16 ਲੀਟਰ ਦੋਨਾਂ ਟਾਈਮਾਂ ਦਾ ਮੁਕੰਮਲ ਹਾਂਜੀ ਮਤਲਬ ਕਿ ਬੱਚੇ ਸਮੇਤ ਹੀ ਬੱਚੇ ਸਮੇਤ ਮੁਕੰਮਲ ਦੁੱਧ ਦੋਸਤੋ ਇਸ ਟਾਈਮ 16 ਲੀਟਰ ਇਹਦਾ ਪੱਕਾ ਦੁੱਧ ਜੇ ਇਹ ਗਰੰਟਡ ਹੈ ਜਿੰਨੇ ਦਿਨ ਮਰਜ਼ੀ ਚੁਆਈ ਹੋ ਸਕਦਾ ਹਾਂਜੀ ਹਾਂਜੀ ਕੋਈ ਐਸਾ ਮਸਲਾ ਨਹੀਂ ਹੈਗਾ ਦੋਸਤਾਂ ਅਸੀਂ ਦੋ ਟਾਈਮ ਚੁਆਈ ਚਾਰ ਟਾਈਮ ਚੁਆਈ ਕਰਾਂਗੇ ਕੋਈ ਠੀਕ ਹੈ ਦੋਸਤੋ ਮਤਲਬ ਕਿ ਚੁਆਈ ਵੀ ਕਰਵਾ ਸਕਦੇ ਨੇ ਜਿੰਨੇ ਦਿਨ ਮਰਜ਼ੀ 16 ਲੀਟਰ ਤੇ ਅਜੇ 10-12 ਦਿਨ ਇਹਨੂੰ ਸੂਈ ਨੂੰ ਹੋਏ ਨੇ ਮੈਲਾ ਛਲਾ ਇਨਸ਼ਾਅੱਲਾ ਸੁੱਟ ਰਿਹਾ ਹੈ ਸੁੱਟ ਰਹੀ ਹੈ ਕਿ ਮੈਲਾ ਕੁਝ ਸੁੱਟਿਆ ਵੀ ਹੈ ਬਾਕੀ ਮਜ਼ੀਦ ਅੱਗੇ ਨੇ 20 ਦਿਨ ਤੱਕ ਸੁੱਟਣਾ ਹੈ 20 ਦਿਨ ਤੱਕ ਦੋਸਤਾਂ ਨੂੰ ਵੀ ਪਤਾ ਹੈ ਇਨਸ਼ਾਅੱਲਾ ਜੀ 20 ਲੀਟਰ ਤੱਕ ਮੱਝ ਜਿਹੜੀ ਨਾ ਦੁੱਧ ਚਾਹੀਦੀ ਬਿਲਕੁਲ ਮਾਸ਼ਾਅੱਲਾ ਮੱਝ ਦੇ ਨਾਲ ਚੜਾਣਾ ਜਿਸਮ ਤੋਂ ਲਿਬਾਸ ਤੋਂ ਮਹਿਸੂਸ ਹੁੰਦਾ ਕਿ ਦੁੱਧ ਕਰੇਗੀ ਬਾਕੀ ਨਸੀਬ ਮੁਕੱਦਰ ਦੀ ਗੱਲ ਹੈ ਖੈਰ ਪਾਕ ਬਾਈ ਆਈਏ ਮੁੱਦੇ ਤੇ ਇਹਦੀ ਹੁਣ ਕੀਮਤ ਪੱਕੀ ਜੀ ਜਿਹੜੀ ਕੀਮਤ ਹੈ ਨਾ ਉਹ ਤੁਸੀਂ ਦੱਸਣੀ ਆ ਕੀਮਤ ਬਈ ਮਨਜ਼ੂਰ ਹੈ ਇਹਦੀ ਜਿਹੜੀ ਨਾ 2,80,000 ਰੁਪਇਆ 2,80,000 ਰੁਪਇਆ ਇਹ ਤੇ ਤੁਸੀਂ ਗੱਲ ਫਾਈਨਲ ਦੀ ਕਰਦੇ ਹੋ ਅਸੀਂ ਇਸ ਕਰਕੇ ਨਾ ਜ਼ਿਆਦਾ ਨਹੀਂ ਕਰੀ ਦੀ ਡਿਮਾਂਡ ਅੱਛਾ 2,80,000 ਰੁਪਇਆ ਮੇਰੇ ਫਾਈਨਲ ਦਾ ਕਹਿ ਕੇ ਹੈ ਹਾਂਜੀ ਨਹੀਂ ਕੁਛ ਦੇ ਵਿੱਚ ਗੁੰਜਾਇਸ਼ ਕਰੋ ਕੁਛ ਤੇ ਹਾਲਾਤ ਇੱਕ ਤੇ ਅੱਲਾ ਪਾਕ ਆਪਣਾ ਰਹਿਮੋ ਕਰਮ ਫਰਮਾਇਆ ਸਾਰੇ ਉਮਤੇ ਮੁਸਲਮਾਂ ਤੇ ਪੂਰੀ ਦੁਨੀਆ ਤੇ ਜਿੱਦਾਂ ਦੇ ਹਾਲਾਤ ਹਨ ਸਿਰਫ 80 ਜਿਹੜਾ ਭਰਨਾ ਬੜਾ ਮੁਸ਼ਕਿਲ ਹੋਇਆ ਖੜਾ ਤੇ 2,80,000 ਤੇ ਉਹ ਤੁਹਾਡੀ ਗੱਲ ਬਜਾਏ ਅਸੀਂ ਵੀ ਦੁਆ ਗੋਏ ਜੀ ਸਾਡਾ ਵੀ ਨਾਲ ਨੁਕਸਾਨ ਹੋ ਰਿਹਾ ਹੈ ਜਿਸ ਤਰ੍ਹਾਂ ਹਾਲਾਤ ਖਰਾਬ ਨੇ ਅੱਲਾ ਪਾਕ ਸਾਰੇ ਦੁਨੀਆ ਦੇ ਰਹਿਮ ਫਰਮਾਵੇ ਬਾਕੀ ਚਲੋ ਕੋਈ ਥੋੜੀ ਬਹੁਤ ਗੁੰਜਾਇਸ਼ ਕਰ ਲਾਂਗੇ ਜਦੋਂ ਕੋਈ ਦੋਸਤ ਆਏਗਾ ਉਹ ਕਰੋ ਨਾ ਗੁੰਜਾਇਸ਼ ਜਿਹੜੀ ਕਰਨੀ ਜੇ ਦੋਸਤਾਂ ਨੂੰ ਵੀ ਪਤਾ ਚੱਲੇ ਕਿ ਇਹਨਾਂ ਨੇ ਗੁੰਜਾਇਸ਼ ਕੀਤੀ ਆ 2,75,000 ਦਾ 5,000 ਦੀ ਗੁੰਜਾਇਸ਼ ਕੀਤੀ ਆ ਹਾਲਾਤ ਬੜੇ ਨਾਜ਼ੁਕ ਹੁੰਦਾ ਸਿਰਫ 5,000 ਛੱਡਿਆ ਜੀ ਕੁਛ ਹੋਰ ਜਿਹੜਾ ਨਾ ਦੋਸਤਾਂ ਨੂੰ ਕੋਈ ਕਿਰਾਇਆ ਦੀ ਕਿਰਾਇਆ ਵੀ ਕਾਫੀ ਪੈ ਜਾਂਦਾ ਚਲੋ 10,000 ਕਰ ਮਤਲਬ ਕਿ 5 ਤੇ 5 10 ਜਾਂ 5 ਤੋਂ ਬਾਅਦ 10 ਨਹੀਂ ਟੋਟਲ ਮਤਲਬ 2,70,000 ਤੇ 2,70,000 ਹੋਰ ਕੋਈ ਹੈ ਇਹਦੇ ਚ ਗੁੰਜਾਇਸ਼ ਤੇ ਕੋਈ ਦੋਸਤ ਆਏਗਾ ਤੇ ਨਹੀਂ ਬਿਲਕੁਲ ਜਿਹੜਾ ਨਾ ਜਾਇਜ਼ ਮੁਨਾਸਿਬ ਹੋ ਗਿਆ ਬਾਕੀ ਕੀ ਮਾਲਕ ਕਹਿੰਦੇ ਮੱਝ ਦੀ ਦੁੱਧ ਵੱਲੋਂ ਗਰੰਟੀ ਹੈ ਜਿਸਮ ਨੂੰ ਵੇਖੀਏ ਦੋਸਤੋ ਜਿਸਮ ਨੂੰ ਲਿਬਾਸ ਨੂੰ ਦੇਖੀਏ ਤਾਂ ਦਿਲ ਮੰਨਦਾ ਹੈ ਕਿ 20 ਤੱਕ ਜਾਏਗੀ ਬਾਕੀ ਦੂਸਰਾ ਅਗਰ ਇਹ ਤਾਂ ਅੱਲਾ ਬਿਹਤਰ ਜਾਣਦਾ ਜੇ ਨਹੀਂ ਕਿ ਬਾਅਦ ਸੋਚਣਾ ਕਿ ਮੇਰੇ ਤੇ ਜ਼ਿੰਮੇਵਾਰੀ ਪਾ ਦੇਣੀ ਕਿ ਤੁਸੀਂ ਕਿਹਾ ਸੀ 20 ਲੀਟਰ ਕਰੇਗੀ ਨਹੀਂ ਮਾਲਕਾਂ ਨੇ ਵੀ ਇਹ ਗੱਲ ਕੀਤੀ ਕਿ ਪਿਛਲੇ ਸੂਏ ਅਸੀਂ 18-19 ਲੀਟਰ ਦਾ ਚੋਇਆ ਚਲੋ ਮਾਸ਼ਾਅੱਲਾ ਬੜੀ ਗੱਲ ਹੈ ਨੰਬਰ ਆਪਣਾ ਅਨਾਊਂਸ ਕਰਿਆ ਜੇ ਦੋਸਤੋ 0345-786-3143 ਠੀਕ ਹੈ ਦੋਸਤੋ ਫਲ ਵੀ ਤੁਹਾਨੂੰ ਦਿਖਾਇਆ ਮੱਝ ਵੀ ਦਿਖਾਈ ਹੈ ਬਾਈ ਦਾ ਨੰਬਰ ਵੀ ਮਿਲ ਗਿਆ ਅਗਰ ਕਿਸੇ ਦੋਸਤ ਦੀ ਸਮਝ ਚਾਹੁੰਦੀ ਮਾਸ਼ਾਅੱਲਾ ਨਸਲੀ ਹੈ ਦੁੱਧ ਵਾਲੀ ਹੈ ਕਿਸੇ ਦੀ ਸਮਝ ਚਾਹੁੰਦੀ ਤਾਂ ਤੁਸੀਂ ਪਸੰਦ ਕਰਕੇ ਖਰੀਦ ਸਕਦੇ ਹੋ ਠੀਕ ਹੈ ਦੋਸਤੋ ਅਗਲੀ ਵੀਡੀਓ ਤੱਕ ਦੇ ਇਜਾਜ਼ਤ ਅੱਲਾ ਹਾਫਿਜ਼